ਡੋਰ ਟੂ ਡੋਰ ਅਨਕਟ ਲੈ ਕੇ ਪਹੁੰਚੇ ਹਾਂ ਅੱਜ ਅਸੀਂ ਰਾਜਾ ਵਿਰਾਟ ਦੀ ਨਗਰੀ ਦਸੂਹਾ, ਕਿਉਂਕਿ ਚੁਣਾਵ ਸਿਰ 'ਤੇ ਨੇ ਔਰ ਜਾਣਾਂਗੇ ਦਸੂਹਾ ਦੇ ਲੋਕਾਂ ਤੋਂ ਹਾਲ ਕਿ ਇਸ ਵਾਰ ਉਹ ਕਿਸ ਨੂੰ ਵੋਟ ਕਰਨਗੇ ਔਰ ਕੀ ਸੋਚ ਕੇ ਵੋਟ ਕਰਨਗੇ। ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਦਸੂਹਾ ਦੇ ਅਸੀਂ ਵਿਜੇ ਮਾਰਕੀਟ ਦੇ ਮੇਨ ਬਾਜ਼ਾਰ ਵਿੱਚ ਮੌਜੂਦ ਹਾਂ। ਵੀਰੇ, ਕੀ ਹਾਲ ਚਾਲ ਹੈ? ਠੀਕ ਹੈ ਭਾਜੀ। ਸਰ, ਕੀ ਲੱਗਦਾ ਇਸ ਵਾਰ ਕਿਸ ਦੀ ਸਰਕਾਰ ਬਣੇਗੀ ਔਰ ਕਿਸ ਨੂੰ ਤੁਸੀਂ ਵੋਟ ਕਰੋਗੇ? ਸਾਡੇ ਇੱਥੇ ਤਾਂ ਆਮ ਆਦਮੀ ਪਾਰਟੀ ਦਾ ਜ਼ੋਰ ਆ ਜੀ, ਅਤੇ ਸਰਦਾਰ ਕਰਮਵੀਰ ਸਿੰਘ ਘੁੰਮਣ MLA ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ, ਅਤੇ ਉਹ ਲੋਕਾਂ ਦੇ ਦੁੱਖ ਸੁੱਖ 'ਚ ਵੀ ਸ਼ਾਮਿਲ ਹੁੰਦੇ ਆ, ਅਤੇ 24 ਘੰਟੇ ਲੋਕਾਂ ਵਾਸਤੇ ਉਪਲਬਧ ਨੇ। ਇਸ ਕਰਕੇ ਉਹਨਾਂ ਨੇ ਇਲਾਕੇ ਵਿੱਚ ਬਹੁਤ ਵਧੀਆ ਕੰਮ ਕੀਤਾ, ਅਤੇ ਇਸ ਵਾਰ ਉਹਨਾਂ ਦੇ ਨਾਂ 'ਤੇ ਹੀ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਏਗੀ। ਸਰ, ਤੁਹਾਡਾ ਕੀ ਨਾਮ ਹੈ? ਤਰਸੇਮ ਸਿੰਘ ਪੰਨੂ ਮੇਰਾ ਨਾਮ। ਜੀ, ਕੀ ਲੱਗਦਾ ਇਸ ਵਾਰ ਕੌਣ ਸੀਟ ਜਿੱਤੇਗਾ ਹੁਸ਼ਿਆਰਪੁਰ? ਹੁਸ਼ਿਆਰਪੁਰ ਦੀ ਸੀਟ ਰਾਜਕੁਮਾਰ, ਡਾਕਟਰ ਰਾਜਕੁਮਾਰ ਚੱਬੇਵਾਲ ਜੀ। ਇਸ ਵਾਰ ਕੀ ਸੋਚ ਕੇ ਵੋਟ ਕਰੂੰਗੇ ਤੁਸੀਂ ਜਦੋਂ ਵੋਟ ਕਰੂੰਗੇ? ਕੀ ਮੁੱਦੇ ਹੈਗੇ ਦਸੂਹਾ ਦੇ? ਕੰਮ ਕੀਤੇ ਹੋਏ ਆ, ਜਿਹੜੇ ਕੰਮ ਕੀਤੇ, ਜਿਹੜੇ ਸਾਡੇ ਕਰਮਵੀਰ ਸਿੰਘ ਘੁੰਮਣੇ MLA ਆ, ਉਹਨਾਂ ਨੇ ਕੰਮ ਕੀਤੇ ਆ। ਹਰ ਘਰ ਦੇ ਵਿੱਚ, ਹਰ ਮਲਕਾ ਕਾਰੋਬਾਰ ਦੇ ਵਿੱਚ ਜਾ ਕੇ ਉਹਨਾਂ ਨੇ ਸਹਿਯੋਗ ਦਿੱਤਾ ਕੰਮ। ਬਿਜਲੀ ਦਾ ਮੁੱਦਾ ਬਹੁਤ ਵੱਡਾ ਜੀ, ਲੋਕਾਂ ਦੇ ਬਿੱਲ ਹੀ ਨਹੀਂ ਆ ਰਹੇ। ਅਸੀਂ ਹੋਰ ਲੋਕਾਂ ਨੂੰ ਵੀ ਪੁੱਛ ਲੈਂਦੇ ਹਾਂ ਇਸ ਵਕਤ, ਤੁਸੀਂ ਦੇਖ ਸਕਦੇ ਹੋ ਕਿ ਸਰ ਕੀ ਨਾਮ ਆਪਣਾ? ਮੇਰਾ ਨਾਮ ਦਿਨੇਸ਼ ਹੈ ਜੀ। ਦਿਨੇਸ਼ ਜੀ, ਇਸ ਵਾਰ ਕੀ ਮੁੱਦੇ ਲੱਗਦੇ ਨੇ ਕਿ ਤੁਹਾਨੂੰ, ਤੁਸੀਂ ਦੇਖ ਕੇ ਇਸ ਵਾਰ ਵੋਟ ਕਰੋਗੇ? ਜੀ, ਇੱਕੋ ਹੀ ਪੰਜਾਬ 'ਚ ਜਿਹੜੀ ਭਗਵੰਤ ਮਾਨ ਨੇ 600 ਯੂਨਿਟ ਬਿਜਲੀ ਮਾਫ਼ ਕੀਤੀ ਹੈ ਨਾ, ਠੀਕ ਹੈ, ਵੋਟ ਰਾਜਕੁਮਾਰ ਨੂੰ ਪੈਣੀ ਜੀ। ਅਸੀਂ ਕੀ ਲੱਗਦਾ ਹੈ ਕਿ ਹੋਰ ਵੀ ਕੈਂਡੀਡੇਟ ਖੜੇ ਨੇ ਪਾਰਟੀਆਂ ਦੇ, ਕਿ ਇਸ ਵਾਰ ਕਿਸੇ ਦੀ ਕੋਈ ਨਹੀਂ, ਸਾਰੇ ਜਮਾਨ ਜ਼ਬਤ ਹੋਣੀ ਹੈ, ਰਾਜਕੁਮਾਰ ਨੇ ਜਿੱਤਣਾ ਜੋ ਮਰਜ਼ੀ ਕਰ। ਚਲੋ, ਇਸ ਵਾਰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਕੇ ਦੇਖ ਲੈਂਦੇ ਹਾਂ ਕਿ ਹੋਰ ਵੀ ਇੱਥੇ ਲੋਕ ਤੁਰੇ ਨੇ। ਸਰ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਸਰ? ਸੁਖਵਿੰਦਰ। ਸਰ, ਸੁਖਵਿੰਦਰ ਸਿੰਘ ਜੀ, ਕੀ ਲੱਗਦਾ ਇਸ ਵਾਰ ਜਦੋਂ ਤੁਸੀਂ ਵੋਟ ਕਰੋਗੇ ਕੀ ਮੁੱਦੇ ਦਸੂਹਾ ਸ਼ਹਿਰ ਦੇ ਹੈਗੇ ਜਿਸ ਨੂੰ ਦੇਖ ਕੇ ਵੋਟ ਕਰੋਗੇ? ਦਸੂਹੇ ਯਾਰ ਇਹੀ ਇਕੱਲਾ ਜਿਹੜਾ ਰੋਡ ਹੈ ਨਾ, ਇਹੀ ਸਾਨੂੰ ਲੱਗਦਾ, ਬਾਕੀ ਤੇ ਉਹੀ ਹਾਲ ਹੈ, ਮਤਲਬ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਹਾਲ ਸੀ ਉਹੀ ਹੋਣ ਵਾਲੇ। ਅਤੇ ਕੀ ਲੱਗਦਾ ਇਸ ਵਾਰ ਕੌਣ, ਕਿਹੜੀ ਪਾਰਟੀ ਜਿੱਤੂਗੀ? ਇਹ ਤਾਂ ਹੁਣ ਮੌਕਾ ਹੀ ਦੱਸਾਂਗੇ। ਤੁਸੀਂ ਕਿਸ ਨੂੰ ਵੋਟ ਪਾਓਗੇ? ਮੈਂ ਅਸੀਂ ਵੀ ਮੌਕੇ 'ਤੇ ਦੱਸਾਂਗੇ। ਜਾਂ ਦੱਸਣਾ ਨਹੀਂ ਹੁਣ, ਇੱਥੇ ਹੋਰ ਵੀ ਲੋਕ ਹੈਗੇ, ਆਪਾਂ ਦੁਕਾਨ ਦੇ ਅੰਦਰ ਜਾ ਕੇ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਇੱਧਰ ਆਓ। ਸਰ, ਕੀ ਨਾਮ ਆਪਣਾ? ਅਰਵਿੰਦਰਪਾਲ ਸਿੰਘ ਜੀ। ਅਰਵਿੰਦਰਪਾਲ ਸਿੰਘ ਜੀ, ਇਸ ਵਾਰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ? ਪਾਰਟੀ ਦੇ ਦੇਖੋ ਜੀ, ਇੱਥੇ ਝਾੜੂ ਦਾ ਹੀ ਜ਼ੋਰ ਆ, ਕਿਉਂਕਿ ਸਾਡੇ ਜਿਹੜੇ MLA ਸਾਹਿਬ ਕਰਮਵੀਰ ਸਿੰਘ ਘੁੰਮਣ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ, ਕਿਸੇ ਦੇ ਦੁੱਖ ਸੁੱਖ 'ਚ, ਕਿਸੇ ਦੇ ਮਤਲਬ ਹਰੇਕ ਕੰਮ 'ਚ, ਹਰੇਕ ਮਤਲਬ ਕਿ ਆਪ ਅੱਗੇ ਹੋ ਕੇ ਕੰਮ ਕਰ ਰਹੇ ਨੇ, ਮਤਲਬ ਕਿ ਇੱਕ ਮਿਹਨਤੀ ਵਰਕਰ ਨੇ ਉਹ, ਅਤੇ ਸਾਨੂੰ ਨਹੀਂ ਲੱਗਦਾ ਕਿ ਇੱਥੋਂ ਐਤਕਿ ਪੂਰੀ ਲੀਡ ਨਾਲ ਆਪਾਂ ਦਸੂਹੇ ਤੋਂ ਘੁੰਮਣ ਜੀ ਦੀ ਅਗਵਾਈ ਦੇ ਹੇਠ ਜਾਵਾਂਗੇ। ਬਿਲਕੁਲ ਜੀ, ਬਿਲਕੁਲ, ਅੰਕਲ ਨੇ ਬਿਲਕੁਲ ਸਹੀ ਕਿਹਾ ਜੀ। ਤੁਸੀਂ ਸਰ, ਤੁਹਾਡਾ ਕੀ ਕਹਿਣਾ? ਬਿਲਕੁਲ, ਸਰਦਾਰ ਸਾਹਿਬ ਨੇ ਬਿਲਕੁਲ ਜੋ ਵੀ ਕਿਹਾ ਸਹੀ ਕਿਹਾ ਜੀ, ਕਿਉਂਕਿ ਅਸੀਂ ਹੋਰ ਵੀ ਪੁੱਛਿਆ ਕਿ ਕਰਮਵੀਰ ਸਿੰਘ ਘੁੰਮਣ ਦਾ ਜੀ, ਲੋਕ ਜ਼ਿਆਦਾ ਚੋਰੀ ਹੀ ਭਾਈ ਦਾ ਜੀ। ਘੁੰਮਣ ਸਾਹਿਬ ਨੂੰ ਤੁਸੀਂ ਪੜ੍ਹ ਕੇ ਵੇਖੋ, ਤੁਸੀਂ ਮਤਲਬ ਕਿ ਫੋਨ ਕਰਨ ਦੀ ਦੇਰ ਹੁੰਦੀ ਹੈ ਜੀ, ਕੰਮ ਜਿਹੜਾ ਜੈਨੂਨ ਕੰਮ ਆ ਤਾਂ ਉਹ ਇੱਕ ਮਿੰਟ 'ਚ ਕਰਦੇ ਨੇ ਜੀ, ਐਵੇਂ ਪੇਟ ਤੋਂਦੀ ਉਹਨਾਂ ਨੇ। ਅਸੀਂ ਹੋਰ ਲੋਕਾਂ ਨੂੰ ਵੀ ਪੁੱਛ ਲੈਂਦੇ ਹਾਂ, ਕਿਉਂਕਿ ਅਸੀਂ ਇਸ ਵਕਤ ਮੌਜੂਦ ਹੈਗੇ ਹਾਂ ਉੱਥੇ ਵਿਜੇ ਮਾਰਕੀਟ। ਸਰ, ਕੀ ਨਾਮ ਹੈ ਆਪਣਾ? ਮੇਰੀ ਲਾਡੀ ਜੀ। ਲਾਡੀ, ਲਾਡੀ ਜੀ, ਕੀ ਲੱਗਦਾ ਇਸ ਵਾਰ ਕਿਸ ਨੂੰ ਵੋਟ ਕਰੋਗੇ? ਕਰਮਵੀਰ ਘੁੰਮਣ। ਕੀ ਮੁੱਦੇ ਲੱਗਦੇ ਹੈਗੇ ਗਾ ਜਿਸ ਨੂੰ ਦੇਖ ਕੇ ਸਰ ਵੋਟ ਕਰੋਗੇ, ਔਰ ਕਰਮਵੀਰ ਸਿੰਘ ਘੁੰਮਣ ਦੇ ਹੀ ਪਾਰਟੀ ਨੂੰ ਕਿਉਂ? ਉਹ ਬਹੁਤ ਵਧੀਆ ਲੋਕਾਂ ਵਿੱਚ ਵਿਚਰਦੇ ਪਏ, ਹਰ ਬੰਦੇ ਦੀ ਗੱਲ ਸੁਣਦੇ, ਵਧੀਆ ਉਹ ਹੈਗੇ ਨੇ, ਇਸ ਕਰਕੇ ਉਹਨਾਂ ਨੂੰ ਪਾਉਣੀ ਅਸੀਂ ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜ਼ਿਆਦਾਤਰ ਲੋਕ ਆਮ ਆਦਮੀ ਪਾਰਟੀ ਦਾ ਹੀ ਵਿਚਾਰ ਰੱਖ ਰਹੇ ਨੇ। ਅਸੀਂ ਹੋਰ ਬ੍ਰਦਰ, ਕੀ ਨਾਮ ਹੈ? ਮੇਰਾ ਨਾਮ ਸੰਨੀ ਹੈ। ਸੰਨੀ ਜੀ, ਕਿਸ ਨੂੰ ਵੋਟ ਕਰੋਗੇ ਇਸ ਵਾਰ? ਘੁੰਮਣ ਸਾਹਿਬ ਨੂੰ। ਅੱਛਾ, ਕੀ ਖਾਸ ਹੈ ਕਿ ਆਮ ਆਦਮੀ ਪਾਰਟੀ ਦਾ ਹੀ ਕੰਮ ਬਹੁਤ ਵਧੀਆ ਕਰਦੇ? ਬਹੁਤ ਵਧੀਆ। ਚਲੋ ਠੀਕ ਹੈ, ਅਸੀਂ ਹੋਰ ਵੀ ਲੋਕਾਂ ਨੂੰ ਇੱਥੇ ਪੁੱਛ ਕੇ ਦੇਖ ਲੈਂਦੇ ਹਾਂ, ਔਰ ਅਸੀਂ ਇਸ ਵਕਤ ਦਸੂਹਾ ਦੇ ਵਿਜੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਸਰ, ਠੀਕ ਹੈ ਜੀ। ਸਰ, ਕੀ ਲੱਗਦਾ ਇਸ ਵਾਰ ਵੋਟ ਕਰੋਗੇ ਕਿਹੜੇ ਮੁੱਦੇ ਦਸੂਹਾ ਸ਼ਹਿਰ ਦੇ, ਔਰ ਤੁਸੀਂ ਕਿਸ ਨੂੰ ਵੋਟ ਕਰੋਗੇ ਔਰ ਕੀ ਦੇਖ ਕੇ ਕਰੋਗੇ? ਮੁੱਦੇ ਦੇ ਹੈਗੇ ਆ ਜੀ, ਸਰ ਜੀ, ਵੋਟ ਤਾਂ ਅਸੀਂ ਇਹਨੂੰ ਕਰਾਂਗੇ, ਝਾੜੂ ਨੂੰ, ਆਪ ਪਾਰਟੀ ਨੂੰ ਕਰਾਂਗੇ। ਇਸ ਵਕਤ ਸਾਨੂੰ ਸੁਣੀ ਦਾ ਵੀ ਔਰ ਵੇਖੀ ਦਾ ਵੀ ਬਾਹਰ ਵਿਚਰਦਾ, ਤਕਰੀਬਨ ਰੋਜ਼ ਹੀ ਬਾਹਰ ਜਾਈਦਾ,
ਔਰ ਜਿੱਦਾਂ ਦੇ ਹਾਲਾਤ ਲੱਗਦੇ ਨੇ ਨਾ, ਬਾਹਰ ਸੜਕ ਦੇ ਉੱਤੇ ਜਾਂਦੇ ਹਾਂ ਜਾਂ ਇੱਥੇ ਖਲੋਤੇ ਹਾਂ ਜਾਂ ਦੁਕਾਨ ਕਰਦੇ ਹਾਂ, ਇਹ ਵਰਗੀ ਰੀਸ ਨਹੀਂ ਕੋਈ ਹੈਗੀ। ਇੰਨੀ ਵਧੀਆ ਸਰਕਾਰ ਕੰਮ ਕਰ ਰਹੀ ਹੈ ਅਤੇ ਦਸੂਬੇ 'ਚ ਹੁਣ ਅੱਗੇ ਨਾ ਵਾਰ ਬਾਹਰੋਂ ਦਸੂਬੇ 'ਚ ਆਈਦਾ ਨਾ, ਅਤੇ ਦਸੂਬਾ ਇੰਨਾ ਪਿਆਰਾ ਲੱਗਦਾ ਨਾ, ਬੱਤੀਆਂ ਲੱਗੀਆਂ ਨੇ, ਫੁੱਲ ਲੱਗੇ ਆ ਅਤੇ ਸੋਹਣੀਆਂ ਸੜਕਾਂ ਬਣੀਆਂ ਪਈਆਂ, ਅਤੇ ਇਹ ਕੰਮ ਪਹਿਲਾਂ ਨਹੀਂ ਵੇਖਿਆ ਸੀ। ਹੁਣ ਤਕਰੀਬਨ 55-56 ਸਾਲ ਦੀ ਉਮਰ ਹੋ ਗਈ ਜੀ। ਹੁਸ਼ਿਆਰਪੁਰ ਤੋਂ ਇਸ ਵਾਰ ਸੀਟ ਜਿੱਤ ਗਈ ਆਮ ਆਦਮੀ ਪਾਰਟੀ? ਬਿਲਕੁਲ ਬਿਲਕੁਲ ਜਿੱਤੇਗੀ ਜੀ, 100% ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਹਰ ਜਗ੍ਹਾ ਜੇ ਆਪਾਂ ਗੱਲ ਕਰੀਏ ਲੋਕ ਆਮ ਆਦਮੀ ਪਾਰਟੀ ਦਾ ਹੀ ਨਾਮ ਲੈ ਰਹੇ ਹਨ। ਹਾਲਾਂਕਿ ਆਪਾਂ ਗੱਲ ਕਰੀਏ ਕਿ ਦਸੂਹਾ ਜੋ ਹੈ ਕੌਨਸਟੀਟੂਐਂਸੀ, ਲੋਕ ਸਭਾ ਦੇ ਵਿੱਚ ਬੀਜੇਪੀ ਦਾ ਕਾਫੀ ਦਬਦਬਾ ਰਿਹਾ ਹੈ ਇਸ ਖੇਤਰ ਵਿੱਚ, ਅਤੇ ਅਸੀਂ ਹੋਰ ਵੀ ਲੋਕ ਬੈਠੇ ਨੇ ਉਹਨਾਂ ਬਾਅਦ ਗੱਲ ਨਾਲ ਵੀ ਗੱਲਬਾਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਹੈ ਆਪਣਾ? ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ, ਕੀ ਲੱਗਦਾ ਇਸ ਵਾਰ ਤੁਸੀਂ ਆਪਣਾ ਵੋਟ ਕਿਸ ਨੂੰ ਦਿਓਗੇ ਔਰ ਕਿਹੜੀ ਪਾਰਟੀ ਜਿੱਤਣ ਦੀ ਸੰਭਾਵਨਾ ਹੈਗੀ ਆ? ਇਹ ਝਾੜੂਆਂ ਨੂੰ ਵੋਟ ਪਾਵਾਂਗੇ। ਕੀ ਕਾਰਨ ਹੈ? ਝਾੜੂ ਕੰਮ ਵਧੀਆ ਕਰਦਾ ਪਿਆ, ਯੂਵਾ ਵਿੱਚ ਕੰਮ ਵਧੀਆ ਪਿਆ, ਬਾਕੀ ਲੋਟੋ ਨੇ ਕੰਮ ਸਾਰੇ ਝਾੜੂ ਵਾਲੇ ਵਧੀਆ ਕਰਦਾ ਪਿਆ। ਸਤਿ ਸ਼੍ਰੀ ਅਕਾਲ ਭਾਅ ਜੀ। ਸਰ, ਕੀ ਨਾਮ ਹੈ ਆਪਣਾ? ਜਗਿੰਦਰ ਸਿੰਘ। ਜਗਿੰਦਰ ਸਿੰਘ ਜੀ, ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਜਿੱਤੂਗੀ? ਪਾਰਟੀ ਇੱਥੇ ਜਿਹੜਾ ਆਪਣੇ ਜਿਹੜਾ ਰੁਝਾਨ ਜਿਹੜਾ ਨਾ ਉਹ ਆਮ ਆਦਮੀ ਪਾਰਟੀ ਦਾ, ਉਹ ਇਸੇ ਕਰਕੇ ਵੀ ਜਿਹੜੇ ਆਪਣੇ ਬਿਜਲੀ ਦੇ ਬਿੱਲ ਬੁੱਲ ਮਾਫ ਹੋ ਜਾਣਗੇ, ਇਹ ਵਜ੍ਹਾ, ਬਾਕੀ ਉਹਦਾ ਕੰਮ ਵੀ ਠੀਕ ਹੋਣ ਦੇਣਾ। ਠੀਕ ਆ। ਹੋਰ ਵੀ ਇੱਥੇ ਲੋਕ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਇਸ ਵਾਰ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ? ਇਹ ਐਟਾਂ ਦੇ ਵਿੱਚ ਤਾਂ ਬੀਜੇਪੀ ਹਰੇਗੀ, ਆਮ ਪਾਰਟੀ ਪਾਵਾਂਗੇ, ਆਪਾਂ ਵੋਟ ਆਮ ਪਾਰਟੀ ਪਾਰਟੀਆਂ ਨੇ, ਬੀਜੇਪੀ ਹਰੇਗੀ। ਕੀ ਕਿਹੜੇ ਕੋਈ ਮੁੱਦੇ ਲੱਗਦੇ ਤੁਹਾਨੂੰ ਦਸੂਹਾ ਦੇ ਵਾਸੀ ਜਿਹੜੇ ਕਿ ਦੂਸਰੀ ਸਰਕਾਰਾਂ ਨੇ ਪੂਰੇ ਨਹੀਂ ਕੀਤੇ? ਕਿਸਾਨਾਂ ਨਾਲ ਜੁੜੇ ਸਾਰੇ ਮੁੱਦੇ ਭੈਣ ਕੀਤੇ, ਉਹਨੇ ਕੁਛ ਨਹੀਂ ਕੀਤਾ ਅੱਜ ਤੱਕ, ਬੀਜੇਪੀ ਨੇ ਕੀਤਾ ਹੀ ਕੁਛ ਨਹੀਂ। ਉਹ ਮੋਦੀ ਭਾਈ ਉੱਥੇ ਕਹੀ ਜਾਂਦਾ ਮੈਂ ਕਿਸਾਨਾਂ 'ਚ ਕੀ ਦਿੱਤਾ, ਜੇ 2500 ਰੁਪਏ ਦੇ ਵਿੱਚ ਟੂਟੀ ਫਰੀ ਲਾ ਦਿੱਤੀ ਉਹ ਉਹਨੇ ਕੋਲੋਂ ਲਾਈ ਹੈ, ਜੇ ਉਹ ਕਹਿੰਦਾ ਮੈਂ ਕਿਸਾਨਾਂ ਨੂੰ DAP ਦੇ ਸਬਸਿਡੀ ਉਹਨੇ ਕੋਲੋਂ ਦਿੱਤੀ ਹੈ, ਐਸਾ ਤਾਂ ਸਾਡੇ ਲੋਕਾਂ ਤੋਂ ਦੇ ਰਿਹਾ ਨਾ, ਉਹ ਕਹਿੰਦਾ ਮੈਂ ਕਿਸਾਨ ਨੇ ਕੁਛ ਉਹਨੇ ਦਿੱਤਾ ਕੀ? ਪਰ ਹੁਸ਼ਿਆਰਪੁਰ ਦੀ ਸੀਟ ਆਮ ਆਦਮੀ ਪਾਰਟੀ ਲੈ ਜਾਏਗੀ? ਹਾਂਜੀ, ਆਮ ਪਾਰਟੀ ਜੀ। ਅਤੇ ਬਿਲਕੁਲ, ਅਸੀਂ ਹੋਰ ਵੀ ਇੱਥੇ ਕੁਛ ਲੋਕ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਆਪਾਂ ਜੇ ਗੱਲ ਕਰੀਏ ਕਿ ਬੀਜੇਪੀ ਦਾ ਦਬਦਬਾ ਕਾਫੀ ਸਮੇਂ ਤੋਂ ਦਸੂਹਾ ਦੀ ਕੌਂਸਟੀਟੂਐਂਸੀ 'ਤੇ ਰਿਹਾ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਵਧੀਆ ਜੀ, ਵਧੀਆ। ਕੀ ਲੱਗਦਾ ਇਸ ਵਾਰ ਕਿਸ ਨੂੰ ਵੋਟ ਕਰੂੰਗਾ? ਦੇਖੋ ਜੀ, ਪਿਛਲੇ 2 ਸਾਲਾਂ ਵਿੱਚ ਸਰਦਾਰ ਕਰਮਵੀਰ ਘੁੰਮਣ ਜੀ ਆਮ ਆਦਮੀ ਪਾਰਟੀ ਦੇ MLA ਦਸੂਹਾ ਤੋਂ ਉਹਨਾਂ ਦਾ ਕੰਮ ਨੂੰ ਦੇਖਦੇ ਹਾਂ, ਅਸੀਂ ਆਮ ਆਦਮੀ ਵੋਟ ਪਾਵਾਂਗੇ ਯਾਰ ਕੇ, ਅਤੇ ਵਧੀਆ ਜਿੱਦਾਂ ਪਹਿਲੀ ਵਾਰ ਵੀ ਆਮ ਆਦਮੀ ਪਾਰਟੀ ਨੂੰ ਪਾਈ ਸੀ? ਹਾਂਜੀ, ਸਰਦਾਰ ਕਰਮਵੀਰ ਘੁੰਮਣ ਵੋਟ ਪਾਈ ਸੀਗੀ ਅਤੇ MLA ਬਹੁਤ ਵਧੀਆ ਕੰਮ ਕਰ ਰਹੇ ਨੇ। ਅਸੀਂ ਹੋਰ ਵੀ ਜਗ੍ਹਾ ਜਾ ਕੇ ਪੁੱਛ ਲੈਂਦੇ ਹਾਂ ਕਿ ਆਮ ਇੱਕ ਹੋਰ ਸਰਦਾਰ ਜੀ ਖੜ੍ਹੇ ਨੇ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਸਰ ਆਪਣਾ? ਮੇਰਾ ਨਾਮ ਹਰਜੀਤ ਸਿੰਘ। ਹਰਜੀਤ ਸਿੰਘ ਜੀ, ਇਸ ਵਾਰ ਆਮ ਆਦਮੀ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਹੜੀ ਪਾਰਟੀ ਜਿਹੜੀ ਆ ਉਹ ਹੁਸ਼ਿਆਰਪੁਰ ਦੀ ਸੀਟ ਜਿੱਤੂਗੀ? ਦੇਖੋ ਜੀ, ਫਿਰ ਤਾਂ ਜਿਹੜੀ ਮੌਜੂਦਾ ਪਾਰਟੀ ਆ ਦੇਖੋ ਕੰਮ ਕਰ ਰਹੀ ਆ, ਠੀਕ ਹੈ ਲੱਗਦਾ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਹੋਰ ਵੀ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਖਾ ਰਹੇ ਆ, ਕਿਸ ਤਰ੍ਹਾਂ ਦੇਖਦੇ? ਠੀਕ ਹੈ, ਚਲੋ ਸਾਨੂੰ ਤਾਂ ਇਹ ਆ ਵੀ ਜਿਹੜਾ ਬੰਦਾ ਕੰਮ ਕਰੇ, ਗਰੀਬ ਆਦਮੀ ਦਾ ਕੰਮ ਆਏ। ਕੀ ਨਾਮ ਹੈ ਵੀਰੇ? ਕੀ ਨਾਮ ਹੈ ਤੁਹਾਡਾ? ਬਾਬੂ ਸਰ। ਵੋਟ ਹੈਗੀ ਹੈ? ਕਿਸ ਪਾਰਟੀ ਨੂੰ ਪਾਉਂਗੇ ਇਸ ਵਾਰ ਵੋਟ? ਕਾਂਗਰਸ ਨੂੰ। ਕੀ ਕਾਰਨ ਹੈ, ਕੀ ਲੱਗਦਾ ਕਿਉਂ ਪਾਉਂਗੇ ਕਾਂਗਰਸ? ਕਾਂਗਰਸ ਨੂੰ ਪਾਵਾਂਗੇ, ਮੋਦੀ ਨੇ ਬਹੁਤ ਮਾਹੌਲ ਖਰਾਬ ਕੀਤਾ ਸਰ। ਕਾਂਗਰਸ ਨੂੰ ਪਾਉਂਗੇ? ਹਾਂ, ਕਾਂਗਰਸ ਨੂੰ ਪਾਵਾਂਗੇ। ਚਲੋ, ਅਸੀਂ ਹੋਰ ਵੀ ਹੈਗੇ ਇੱਥੇ, ਕੁਛ ਨੌਜਵਾਨ ਵੀ ਖੜ੍ਹੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਰ ਜੀ, ਸਭ ਨਮਸਕਾਰ ਜੀ। ਸਰ, ਕੀ ਨਾਮ ਆਪਣਾ? ਰੋਸ਼ਨ ਲਾਲ। ਰੋਸ਼ਨ ਲਾਲ ਜੀ, ਕੀ ਲੱਗਦਾ ਇਸ ਵਾਰ ਹੁਸ਼ਿਆਰਪੁਰ ਦੀ ਸੀਟ ਕਿਹੜੀ ਪਾਰਟੀ ਜਿੱਤੂਗੀ? ਸਾਡੇ ਤਾਂ ਸਾਡੇ MLA ਨੂੰ ਵੋਟਾਂ ਪੈਣੀਆਂ, ਕਰਮਵੀਰ ਸਿੰਘ, ਕਰਮਵੀਰ ਕਰਕੇ ਸਾਰੇ ਹੀ
99% ਦਸੂਹੇ ਜੀ ਕਰਮਵੀਰ ਨੂੰ ਪੈਣੇ, ਕਿਉਂਕਿ ਅਸੀਂ ਵੀ ਘੁੰਮ ਰਹੇ ਹਾਂ ਸਾਰੇ ਪਾਸੇ ਗੱਲ ਕਰ ਰਹੇ ਹਾਂ ਕਿ ਹੋਰ ਕੋਈ ਸਾਰੇ ਜੇ ਗੱਲ ਕਰਦੇ ਤਾਂ ਕਰਮਵੀਰ ਦੀ, ਕਿਉਂਕਿ ਆਮ ਆਦਮੀ ਪਾਰਟੀ ਦੀ ਕੀ ਲੱਗਦਾ ਆਮ ਆਦਮੀ ਪਾਰਟੀ ਨੇ ਕੰਮ ਕਰਾਏ ਸਾਰੇ? ਨਹੀਂ, ਕੰਮ ਛੱਡ ਕੇ ਮਹਾਰਾਜ ਇਹੋ ਜਿਹਾ ਬੰਦਾ ਹੈਗਾ ਕਿ ਹਰ ਆਦਮੀ ਨੂੰ ਨਾਂ ਲੈ ਕੇ ਬੁਲਾਉਂਦਾ, ਔਰ ਇੰਨੀ ਜਾਣ ਪਹਿਚਾਣ ਹੈਗੀ ਇਸ ਬੰਦੇ ਦੀ ਕਿ ਮਤਲਬ। ਕੀ ਨਾਮ ਸਰ ਤੁਹਾਡਾ? ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, ਕੀ ਲੱਗਦਾ ਕਿ ਇਸ ਵਾਰ ਕਿਸ ਨੂੰ ਵੋਟ ਕਰੋਗੇ ਤੁਸੀਂ, ਔਰ ਕਿਹੜੇ ਮੁੱਦੇ ਹੈਗੇ ਜਿਸ ਨੂੰ ਦੇਖ ਕੇ ਵੋਟ ਕਰੋਗੇ? ਹਾਂਜੀ ਜੀ, ਆਪਣੇ MLA ਸਾਹਿਬ ਨੂੰ ਪਾਉਣੀ ਹੈ ਵੋਟ। MLA ਸਾਹਿਬ ਬਹੁਤ ਵਧੀਆ ਬੰਦੇ, ਸਾਡੇ ਕੰਮ ਕਾਰ ਕਰਾਉਂਦੇ ਆ ਸਾਰੇ। ਮੁੱਦੇ ਇਹ ਆ ਵੀ ਲਾਈਟ ਸਾਰਿਆਂ ਨੂੰ ਫਰੀ ਆ, ਇਹਨਾਂ ਨੇ ਇਹ ਨਹੀਂ ਵੇਖਿਆ ਮਾੜਾ ਤਗੜਾ ਚੰਗਾ, ਜੋ ਵੀ ਬੰਦੇ ਆ ਨਾ ਸਾਰਿਆਂ ਨੂੰ ਮਤਲਬ ਲਾਈਟ ਫਰੀ ਆ ਆਪਾਂ ਨੂੰ ਸਾਰਿਆਂ ਨੂੰ। ਇਹ ਕਹਿੰਦੇ ਪਹਿਲ ਦੇ ਆਧਾਰ 'ਤੇ ਹਰ ਬੰਦੇ ਸੁਣਦੇ, ਇਹ ਨਹੀਂ ਵੇਖਦੇ ਵੀ ਆਹ ਤਗੜਾ ਜਾਂ ਮਾੜਾ ਆ। ਅਸੀਂ ਸਮਾਂ ਥੋੜ੍ਹਾ ਆ, ਔਰ ਹੋਰ ਵੀ ਆਪਾਂ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਦੁਕਾਨ ਦੇ ਅੰਦਰ। ਸਰ ਕੀ ਹਾਲ ਚਾਲ ਹੈ? ਕੀ ਨਾਮ ਹੈ ਸਰ ਆਪਣਾ? ਰਮੇਸ਼ ਕੁਮਾਰ। ਰਮੇਸ਼ ਕੁਮਾਰ ਜੀ, ਕੀ ਲੱਗਦਾ ਇਸ ਵਾਰ ਹੁਸ਼ਿਆਰਪੁਰ ਦੀ ਸੀਟ ਕਿਹੜੀ ਪਾਰਟੀ ਜਿੱਤੂਗੀ, ਔਰ ਤੁਸੀਂ ਕਿਸ ਨੂੰ ਵੋਟ ਕਰੋਗੇ? ਤਾਂ ਮੈਂ ਕੱਟੜ ਕਾਂਗਰਸੀ। ਤੁਸੀਂ ਜੀ ਕੱਟੜ ਕਾਂਗਰਸੀ, ਔਰ ਕਾਂਗਰਸ ਨੂੰ ਕੀ ਲੱਗਦਾ ਕਿ ਐਤਕੀ ਵੋਟ ਤਾਂ ਮੋਦੀ ਨੂੰ ਲਾਉਂਦੇ, ਮਾਰੇ ਕਿਸੇ ਨੂੰ ਵੀ ਪਾ ਸਕਦੇ। ਕਿਹਨੂੰ ਪਾਉਂਗੇ? ਦੇਖਦੇ ਕੀ ਹਿਸਾਬ ਤਾਂ ਲਾਉਂਦੇ। ਔਰ ਤਾਂ ਕਾਂਗਰਸ ਦੇ ਕੱਟੜ ਰਹੇ ਤੁਸੀਂ? ਅਸੀਂ ਕੱਟੜ ਕਾਂਗਰਸ ਜੀ। ਬਿਲਕੁਲ, ਬਹੁਤ ਅੱਛੇ। ਔਰ ਮਤਲਬ ਕਈ ਲੋਕ ਇੱਦਾਂ ਦੇਖਦੇ ਨਾ ਕਿ ਅਸੀਂ ਦੱਸਣਾ ਨਹੀਂ ਚਾਹੁੰਦੇ ਕਿ ਅਸੀਂ ਕਿਸ ਨੂੰ ਵੋਟ ਪਾਉਣੀ ਹੈ? ਕੱਟੜ ਕਾਂਗਰਸ ਜੀ। ਬਿਲਕੁਲ, ਜਿਸ ਤਰ੍ਹਾਂ ਦੇਖ ਰਹੇ ਤੁਸੀਂ, ਕੁਛ ਲੋਕ ਦੱਸਣਾ ਵੀ ਨਹੀਂ ਚਾਹੁੰਦੇ ਪਰ ਕਿ ਅਸੀਂ ਵੋਟ ਕਿਸ ਨੂੰ ਪਾਵਾਂਗੇ। ਇੱਥੇ ਹੋਰ ਵੀ ਹੈਗੇ ਨੇ ਲੋਕ, ਉਹਨਾਂ ਤੋਂ ਵੀ ਪੁੱਛਣੇ। ਸਰ ਕੀ ਨਾਮ ਆਪਣਾ? ਮੇਰਾ ਨਾਮ ਸ਼ਾਮ ਸੁੰਦਰ। ਸ਼ਾਮ ਸੁੰਦਰ ਜੀ, ਕੀ ਲੱਗਦਾ ਇਸ ਬਾਰੇ ਦਸੂਹੇ ਦੀ ਟਿਕਟ ਹੁਸ਼ਿਆਰਪੁਰ ਦੀ ਜਿਹੜੀ ਹੈ ਲੋਕ ਸਭਾ ਕੌਣ ਜਿੱਤੇਗਾ? ਸੀ ਕਿਹੜੀ ਪਾਰਟੀ? ਹਲੇ ਤਾਂ ਫਾਈਨਲ ਹੀ ਨਹੀਂ ਹੋਈਆਂ ਸਾਰੀਆਂ, ਤਾਂ ਕਾਂਗਰਸ ਹੋ ਚੁੱਕੀਆਂ ਸਾਰੀਆਂ, ਕਾਂਗਰਸ ਦੀ ਵੀ ਦੱਸ ਰਹੇ ਸੀ। ਕੀ ਲੱਗਦਾ ਤੁਹਾਨੂੰ, ਤੁਸੀਂ ਵੋਟ ਕਿਸ ਨੂੰ ਪਾਉਂਗੇ? ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਨੂੰ ਪਾਵੇ, ਹਲੇ ਤਾਂ ਬੰਦੇ ਦੇਖ ਲਈਏ। ਮਤਲਬ ਹਜੇ ਜ਼ਾਹਿਰ ਨਹੀਂ ਕਰਨਾ, ਗੁਪਤ ਰੱਖਣਾ। ਗੁਪਤ ਹੀ ਰੱਖਣੇ, ਗੁਪਤ ਹੀ ਰੱਖਣੇ। ਤੁਹਾਡਾ ਕੀ ਨਾਮ ਹੈ ਬ੍ਰਦਰ? ਮੇਰਾ ਨਾਮ ਧਰਮਿੰਦਰ ਹੈ। ਧਰਮਿੰਦਰ ਜੀ, ਕੀ ਲੱਗਦਾ ਇਸ ਵਾਰ ਕਿਸ ਨੂੰ ਵੋਟ ਪਾਉਂਗੇ ਅੱਗੇ, ਔਰ ਕੀ ਮੁੱਦੇ ਲੱਗਦੇ ਤੁਹਾਨੂੰ?